हुण अगला सवाल है 19/6 का जुड़ात्मक उल्ट लिखो। हुण तुहानू पता 19/-6 का जुड़ात्मक उल्ट एडिटिव इनवर्स, आपां इहनू मल्टीप्लिकेटिव इनवर्स नहीं एडिटिव इनवर्स कहने आ। एडिटिव इनवर्स का मतलब की हुंदा, असीं सिर्फ निशाना नू हथ लाना है। MI ਦੇ ਵਿੱਚ ਅਸੀਂ ਰਕਮਾਂ ਉੱਪਰ ਨੀਚੇ ਕਰਨੀਆਂ ਹੁੰਦੀਆਂ ਹੈ, ਉੱਪਰ ਵਾਲੀ ਨੀਚੇ, ਨੀਚੇ ਵਾਲੀ ਉੱਪਰ ਕਰ ਦਿੱਤੀ ਸੀਗੀ। ਲੇਕਿਨ ਐਡਿਟਿਵ ਇਨਵਰਸ ਦੇ ਵਿੱਚ ਤੁਹਾਨੂੰ ਬਾਰ ਬਾਰ ਮੈਂ ਸਮਝਾ ਰਹੀ ਹਾਂ, ਸਿਰਫ ਨਿਸ਼ਾਨਾਂ ਨੂੰ ਦੇਖਣਾ ਹੈ। ਜਿਹੜਾ ਰਕਮ ਅੱਗੇ ਤੁਹਾਨੂੰ ਨਿਸ਼ਾਨ ਨਜ਼ਰ ਆ ਰਿਹਾ ਹੈ, ਤੁਸੀਂ ਸਿਰਫ ਇਹਨਾਂ ਨੂੰ ਹੀ ਇਹ ਚੇਂਜ ਕਰਨਾ ਹੈ। ਦੋਨਾਂ ਅੱਗੇ ਤੁਹਾਨੂੰ ਇਹਦੇ ਅੱਗੇ ਨਿਸ਼ਾਨ ਨਜ਼ਰ ਆ ਰਿਹਾ ਮਾਈਨਸ ਦਾ, ਇਸ ਰਕਮ ਕੋਲ ਕਿਹੜਾ ਨਿਸ਼ਾਨ ਹੈ? ਮਾਈਨਸ, ਇੱਕ ਸਿੰਗਲ ਨਿਸ਼ਾਨ ਨਜ਼ਰ ਆ ਰਿਹਾ। ਇਹਨੂੰ ਆਪਾਂ ਕਿਹ 'ਚ ਬਦਲ ਦਾਂਗੇ? ਪਲੱਸ ਵਿੱਚ। ਰਕਮਾਂ ਨੂੰ ਚੇਂਜ ਨਹੀਂ ਕਰਨਾ, ਉੱਪਰ ਨੀਚੇ ਨਹੀਂ ਕਰਨਾ, ਸਿਰਫ ਨਿਸ਼ਾਨ ਚੇਂਜ ਕਰ ਦਾਂਗੇ। ਤੁਹਾਨੂੰ ਮੇਰੀ ਗੱਲ ਸਮਝ ਲੱਗੀ ਸਾਰਿਆਂ ਨੂੰ? ਜੇ ਕਿਸੇ ਨੂੰ ਕੋਈ ਵੀ ਡਾਇਟ ਹੋਏ ਤਾਂ ਮੈਨੂੰ ਕਾਲ ਕਰ ਸਕਦਾ ਹੈ। ਅਤੇ ਤੁਸੀਂ ਪ੍ਰੈਕਟਿਸ ਲਈ 2 ਸਮ ਲਿਖੋ, ਇਹ ਤੁਸੀਂ ਖੁਦ ਕਰਕੇ ਕੱਲ੍ਹ ਮੈਨੂੰ ਇਹ ਭੇਜੋਗੇ, ਹੁਣੇ ਵਟਸਐਪ ਕਰੋਗੇ। ਆਹ ਦੇਖੋ, ਆਹ ਵਾਲੇ ਸਵਾਲ ਦਾ ਕਰੋ, -1 × -2/5 ਦਾ MI ਲਿਖਣਾ ਹੈ, ਮਤਲਬ ਮਲਟੀਪਲੀਕੇਟਿਵ ਇਨਵਰਸ ਲਿਖਣਾ ਹੈ, ਮਤਲਬ ਗੁਣਾਤਮਕ ਉਲਟ ਲਿਖਣਾ ਹੈ। ਅਤੇ ਦੂਜਾ ਜਿਹੜਾ ਤੁਹਾਡਾ ਪ੍ਰਸ਼ਨ ਹੈਗਾ ਹੈ, ਤੁਸੀਂ ਮੈਨੂੰ ਲਿਖ ਕੇ ਦਿਓਗੇ -5/-6 ਦਾ ਜੁੜਾਤਮਕ ਉਲਟ ਐਡਿਟਿਵ ਇਨਵਰਸ।